हर साल दी तरह इस बार भी श्री गुरु तेग बहादुर जी का प्रकाश पुरब और शहीदी दिहाड़े नूं समर्पित एक विशाल कीर्तन दरबार गुरुद्वारा गुरु के महल विखे करवाया गया। यह समागम हर साल कार सेवा संत बाबा सेवा सिंह जी मेमोरियल ट्रस्ट वालों करवाया जाता है, जिस विच दूर दुराडे तो संगतां वध चढ़ के हिस्सा लैंदियां हन अते गुरु घर तो खुशियां प्राप्त करदियां हन। इस मौके ते वख-वख रागी जत्थियां वालों गुरु का कीर्तन किया जाता है, जिस नूं सुन के संगतां निहाल हो जांदियां हन। ਅੱਜ ਗੁਰਦੁਆਰਾ ਗੁਰਕੇ ਮਹਿਲ ਜਨਮ ਸਥਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਗੁਰਦੁਆਰਾ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਬੜੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ। ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਦੇਰ ਤੱਕ ਦੀਵਾਨ ਸਜਣਗੇ, ਜਿਸ ਵਿੱਚ ਕਵੀ ਸੱਜਣ ਗੁਰਕੇ ਪਿਆਰੇ ਸਾਧ ਸੰਗਤ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਵਾਣ ਦੀ ਕਥਾ ਅਤੇ ਗੁਰੀ ਗਿਆਨੀ ਸਾਧ ਸੰਗਤ ਢਾਡੀ ਜੱਥੇ ਕੀਰਤਨ ਜੱਥੇ ਜਿਹੜੇ ਕਿ ਰਾਤ ਦੇਰ ਤੱਕ ਗੁਰੂ ਕੇ ਜਸ ਗਾ ਕੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹੀਦੀ ਗੁਰਪੁਰਬ ਦੇ ਸੰਬੰਧ ਦੇ ਵਿੱਚ ਸਾਧ ਸੰਗਤ ਖੁਸ਼ੀਆਂ ਬਖਸ਼ਣਗੀਆਂ। ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਮੱਕਰ ਸ਼ਾਹ ਵਾਲਾ ਬਾਣੇ ਦਾ ਵਿਹੜਾ ਬੰਨੇ ਲਾਉਣ ਵਾਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਨਮ ਸਥਾਨ ਗੁਰਦੁਆਰਾ ਗੁਰਕੇ ਮਹਿਲ 'ਤੇ ਆ ਕੇ ਦਰਸ਼ਨ ਕਰੋ, ਹਾਜ਼ਰੀਆਂ ਭਰੋ। ਇਹ ਸਾਰਾ ਪ੍ਰਬੰਧ ਕਾਰ ਸੇਵਾ ਸੰਤ ਬਾਬਾ ਸੇਵਾ ਸਿੰਘ ਜੀ, ਪ੍ਰਬੰਧਕ ਬਾਬਾ ਰਾਜ ਸਿੰਘ ਜੀ, ਸਾਧ ਸੰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਮਾਗਮ ਤੋਂ ਇੱਕ ਦਿਨ ਪਹਿਲਾਂ ਕਾਰ ਸੇਵਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਇੱਕ ਵਿਸ਼ਾਲ ਨਗਰ ਕੀਰਤਨ ਵੀ ਕੱਢਿਆ ਜਾਂਦਾ ਹੈ, ਜਿਸ ਦਾ ਜਗ੍ਹਾ ਜਗ੍ਹਾ ਤੇ ਸੰਗਤਾਂ ਵੱਲੋਂ ਸਵਾਗਤ ਕੀਤਾ ਜਾਂਦਾ ਹੈ। ਆਓ ਦੇਖਦੇ ਹਾਂ ਉਸ ਨਗਰ ਕੀਰਤਨ ਦੀਆਂ ਕੁਝ ਝਲਕੀਆਂ। ਅੰਮ੍ਰਿਤਸਰ ਤੋਂ ਮੁਕੇਸ਼ ਬਾਵਾ, ਖਬਰ ਹਰ ਪਲ ਇੰਡੀਆ।